ਗੁਰੂ ਸਾਹਿਬ ਜੀ ਅੰਦਰ ਆ ਜਾ। ਹਾਂ ਹਾਂ ਫਕੀਰ ਹੁਸੈਨ ਆ ਜਾ। ਗੁਰੂ ਸਾਹਿਬ ਜੀ ਮੇਰੇ ਜ਼ਿਹਨ ਵਿੱਚ ਗੱਲ ਆਈ ਅੱਜ। ਸਾਹਿਬ ਜੀ ਮੁੜ ਬੱਕਰੀਦਾਨ ਵਿੱਚ 2 ਦਿਨ ਰਹਿ ਗਏ ਨੇ ਤਾਂ ਆਪਾਂ ਇਸ ਲਈ ਜਨੌਰ ਹੀ ਲੈ ਕੇ। ਜਨੌਰ? ਮੁੜ ਸਾਹਿਬ ਜੀ ਜਿਹਨੂੰ ਬੱਕਰੀ ਤਫੱਡੀ ਦਾ ਹੈ ਉਹ ਜਾਨਵਰ। ਇੱਕ ਤਾਂ ਤੁਹਾਡੀ ਲੈਂਗੁਏਜ ਹੈ ਨਾ। ਅਮੜੀਓ ਸਾਹਿਬ ਜੀ ਤੁਸੀਂ ਮੇਰਾ ਮਖੌਲ ਨਾ ਉਡਾਈ ਕਰੋ ਸਾਹਿਬ ਜੀ। ਹਾਂ ਉਹ ਤਾਂ ਮੈਂ ਲਿਆ ਥਾ 1 ਮਹੀਨਾ ਪਹਿਲੇ ਲਿਆ ਥਾ। ਹਾਂ 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 ਸਾਹਿਬ ਜੀ ਤੁਸੀਂ ਮੇਰੇ ਤੋਂ ਬਗੈਰ ਲਿਆ ਜਾਤੇ। ਸਾਹਿਬ ਜੀ ਮੇਰੇ ਤੋਂ ਬਗੈਰ। ਸਾਹਿਬ ਜੀ ਇਹ ਤੁਸੀਂ ਚੰਗਾ ਨਹੀਂ ਕੀਤਾ ਮੋੜ। ਇਤਨੀ ਐਕਟਿੰਗ ਕੀ ਜ਼ਰੂਰਤ ਨਹੀਂ ਹੈ। ਉਹ ਮੈਂ ਕਿਸੇ ਵਜ੍ਹਾ ਸੇ ਜਾ ਕੇ ਬਸ ਲਿਆ ਥਾ ਔਰ ਤੁਮੇ ਬਤਾਨਾ ਯਾਦ ਨਹੀਂ ਰਹਾ। ਬੜੇ ਤਕੜੇ ਨੇ ਸਾਹਿਬ ਜੀ। ਪਹਿਲੇ ਦਿਨ ਕਿਹੜਾ ਕਰਨਾ ਹੈ? ਹਾਂ ਦੇਖੇਂਗੇ ਅਭੀ। ਪਾਸ ਨਾ ਜਾਣਾ ਮਾਰ ਖਾਓਗੇ। ਅਮੁੜਾ ਆਉਂਦੀ ਜਾਂਦੀ ਕਰੋ ਸਾਹਿਬ ਜੀ। ਅਸਾਂ ਮੁੜ ਸਾਰੀ ਉਮਰ ਪਿੰਡ 'ਚ ਇਹੋ ਕੰਮ ਕੀਤਾ ਹਾ। ਚਲੋ ਚਲੇ ਜਾਓ ਬਾਈ ਫਿਰ ਮੁਝੇ ਕਿਆ। ਉਹ ਬਚਨਾ ਫਕੀਰ ਹੁਸੈਨ ਯਾਰ ਮੈਨੂੰ ਤੁਮੇ ਪਹਿਲੇ ਹੀ ਕਿਹਾ ਥਾ ਵਹਾਂ ਪੇ ਨਾ ਜਾਓ। ਮੁੜ ਸਾਹਿਬ ਜੀ ਮੇਰੇ ਪਿਓ ਦੀ ਵੀ ਤੋਬਾ, ਮੈਂ ਦੁਬਾਰਾ ਇਹਦੇ ਕੋਲੇ ਨਹੀਂ ਜਾਂਦਾ। ਸਾਹਿਬ ਜੀ ਵੈਸੇ ਦੂਆ ਚੰਗਾ ਹੈ। ਹਾਂ ਦੇਖ ਲਈ ਹੈ। ਚਲੋ ਬੈਠੋ ਗਾੜੀ ਮੈਂ ਚੱਲਿਆ। ਮੁੜ ਸਾਹਿਬ ਜੀ ਇੱਕ ਮਿੰਟ। ਸਾਹਿਬ ਜੀ ਮੁੜ ਵੱਛੇ ਦੇ ਪਾਵੇ ਮੈਂ ਲਵਣੇ ਨੇ ਸਾਹਿਬ ਜੀ। ਹਾਂ ਲੈ ਲੈਣਾ ਲੇਕਿਨ ਅਭੀ ਦਰਵਾਜ਼ਾ ਬੰਦ ਕਰੋ। ਅਤੇ ਮੁੜ ਸਾਹਿਬ ਜੀ ਉਹ ਜਿਹੜਾ ਨਿੱਕਾ ਵੱਛਾ ਹੈ ਨਾ ਜਿਹੜਾ ਕੁੜਦਾ ਹੈ ਸਾਹਿਬ ਜੀ, ਉਹਦਾ ਗੋਸ਼ਤ ਬੜਾ ਲਜ਼ੀਜ਼ ਪਕਸੀ। ਮੈਂ ਮੁੜ ਸਾਹਿਬ ਜੀ ਪਿੰਡ ਤੋਂ ਦੇਸੀ ਘਿਓ ਲਿਆ ਅਸਾਂ ਅਤੇ ਆਪਾਂ ਉਹਦੇ ਵਿੱਚ ਪਕਾ ਅਤੇ ਖਾ ਸੀ ਸਾਹਿਬ ਜੀ। ਉਹ ਯਾਰ ਸ਼ੇਖ ਚਿੱਲੀ ਨਾ ਬਣੋ, ਤੁਮ ਦਰਵਾਜ਼ਾ ਬੰਦ ਕਰੋ ਅਭੀ ਚੱਲੇ ਫਿਲਹਾਲ। ਉਹ ਮੁੜਾ ਲਓ ਸਾਹਿਬ ਜੀ। ਈਦ ਮਾਬਰੋਕ, ਈਦ ਮਾਬਰੋਕ।